अपने नवदीप नू किन्ने दिन हो गए, हुण मुड़ के गेड़ा ही नहीं मारिया, बहुत याद आ गई मैनू तां। तैनू होई नहीं गल तेरी इहदे नाल जी? ना, फोन भी नहीं आया हुण तक, कई दिन हो गए। चलो कम्मां कारां च बिजी ने। ले ਉਹ ਆ ਗਈ ਆਪਣੀ ਧੀ ਰਾਣੀ। ਸਤਿ ਸ਼੍ਰੀ ਅਕਾਲ ਹੋ ਠੀਕ ਠਾਕ? ਜਿਉਂਦਾ ਵਸਦਾ ਰਹੇ। ਹਾਂਜੀ ਤੁਸੀਂ ਸੁਣਾਓ ਮਾ, ਠੀਕ ਹੋ? ਹਾਂ ਪੁੱਤ ਠੀਕ ਆ, ਤੂੰ ਦੱਸ ਸਭ ਰਾਜੀ ਖੁਸ਼ੀ ਆ? ਦੇ ਪੁੱਤ ਤੇਰੇ ਮੰਮੀ ਡੈਡੀ ਕਿਵੇਂ ਨੇ? ਹੋਰ ਦੱਸ ਸਾਰਾ ਘਰ ਪਰਿਵਾਰ ਠੀਕ ਹੈ? ਤੁਸੀਂ ਸੁਣਾਓ ਠੀਕ ਠਾਕ ਸਾਰੇ? ਹਾਂ ਪੁੱਤ ਅਸੀਂ ਠੀਕ ਠਾਕ। ਤੁਸੀਂ ਯਾਦ ਹੀ ਕਰ ਰਹੇ ਸੀ? ਮੈਂ ਬਹੁਤ ਯਾਦ ਕਰਦੀ ਸੀ ਨਵਦੀਪ। ਹਾਂ ਮੈਂ ਸੋਚ ਹੀ ਰਹੀ ਸੀ, ਕਾਫੀ ਦਿਨਾਂ ਤੁਸੀਂ ਸੋਚਦੇ ਸੀ ਚੱਲਦੇ ਆ ਪਰ ਟਾਈਮ ਹੀ ਕਿੱਥੇ ਲੱਗਦਾ ਇਹਨਾਂ ਦਾ। ਹੁਣ ਤੁਸੀਂ ਕਰੋ ਗੱਲਾਂ, ਮੈਂ ਚਾਹ ਬਣਾ ਕੇ ਲਿਆਉਣੀ। ਜੀ ਮੰਮੀ। ਵਧੀਆ ਜੀ ਬਣਾਉਣੀ ਚਾਹ? ਹਾਂ 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 ਵਧੀਆ ਹੀ ਲੈ ਕੇ ਆਉਂ। ਹੋਰ ਜੀ ਤੁਸੀਂ ਸੁਣਾਓ ਠੀਕ ਠਾਕ ਸਭ ਕੁਝ? ਸਭ ਵਧੀਆ, ਕੰਮ ਕਾਰ ਕਿਵੇਂ ਚੱਲ ਰਿਹਾ? ਬਸ ਕਿਰਪਾ ਬਾਬੇ ਜੀ। ਹੋਰ ਆਪਣੇ ਸੁਣਾਓ, ਹੋਰ ਕਾਕਾ ਜੀ ਤੁਹਾਡੇ ਬੇਬੀ ਸਾਹਿਬ ਠੀਕ ਨੇ? ਅੱਜ ਸਭ ਠੀਕ ਠਾਕ ਸੁਣਾਓ। ਬਸ ਵਧੀਆ ਵਧੀਆ। ਅੱਜ ਤਾਂ ਰਹੋਗੇ ਪੁੱਤ? ਨਹੀਂ ਮੰਮੀ ਜੀ, ਅੱਜ ਤਾਂ ਸਾਨੂੰ ਜਾਣਾ ਪੈਣਾ, ਕੰਮ ਬਹੁਤ ਨੇ ਘਰੇ। ਹਾਂਜੀ ਮੰਮੀ। ਮੰਮਾ ਨਹੀਂ ਨਹੀਂ, ਇਹਨਾਂ ਬਿਨਾਂ ਘਰ ਜਾ ਕੇ ਸਕਦਾ? ਅੱਜ ਤਾਂ ਸਾਨੂੰ ਜਾਣੇ ਪੈਣਾ, ਅੱਜ ਤਾਂ ਰਹਿਣਾ ਸੀ, ਤੁਹਾਡੀ ਮਰਜ਼ੀ ਹੈ ਭਾਈ। ਚਲੋ ਕਾਕਾ ਜੀ ਆਪਾਂ ਬਾਹਰ ਬੈਠਦੇ ਆ, ਕਰ ਲਓ ਇਹਨਾਂ ਨੂੰ ਗੱਲਾਂ ਬਾਤਾਂ। ਜੀ ਹੋਰ ਮੰਮਾ ਤੁਸੀਂ ਸੁਣਾਓ? ਹਾਂ ਪੁੱਤ ਮੈਂ ਤਾਂ ਠੀਕ ਆ। ਆ ਸੁਖਵਿੰਦਰ ਸਿਓ ਦਾਈ ਹੱਥ ਲਾ ਕੇ ਮੁੜਦਾ ਹੁੰਦਾ, ਸਾਰੀ ਬਾਲੀ ਕਾਲਾ ਰਹਿੰਦਾ। ਓਹੋ ਮੰਮੀ ਜੀ ਤੁਹਾਨੂੰ ਤੇ ਪਤਾ ਹੈ ਕੱਲੇ ਕੱਲੇ ਨੇ, ਸਾਰੇ ਘਰ ਦੀ ਜ਼ਿੰਮੇਵਾਰੀ ਇਹਨਾਂ ਤੇ ਆ। ਅੱਜ ਵੀ ਇਹਨਾਂ ਨੇ ਪਹਿਲਾਂ ਸ਼ਹਿਰ ਜਾਣਾ, ਰੇਤ ਤੇ ਸਪਰੇਅ ਖਰੀਦਣੀ ਆ, ਤਾਂ ਹੀ ਕਰਕੇ ਨਾ ਬਾਲੀ ਕਾਲੀ ਕਰਦੇ ਆ। ਤੈਨੂੰ ਨਹੀਂ ਪਤਾ ਕੁੜੀਏ, ਤੂੰ ਭੋਲੀ ਹੈ, ਇਹਦੀ ਮਾਂ ਇਹਨੂੰ ਸਿਖਾ ਕੇ ਰੱਖਦੀ ਹੈ ਵੀ ਤੂੰ ਸੋਰੀ ਬਾਲਾ ਟਾਈਮ ਨਹੀਂ ਰੁਕਣਾ। ਬਹੁਤ ਚਲਾਕ ਹੈ ਉਹ, ਪੂਰਾ ਵਰਜ ਕੇ ਰੱਖਦੀ ਹੈ, ਇਹ ਵੀ ਤਾਂ ਉਹਦੇ ਆਖੇ ਲੱਗਦਾ ਹੈ। ਉਹ ਨਹੀਂ ਮੰਮੀ ਜੀ, ਮੈਂ ਤਾਂ ਕਦੀ ਵੀ ਨਹੀਂ ਕਿਹਾ ਮੇਰੇ ਸੱਸ ਨੇ, ਸਗੋਂ ਉਹ ਤਾਂ ਹਮੇਸ਼ਾ ਇਹ ਕਹਿੰਦੇ ਹੁੰਦੇ ਨੇ ਕਿ ਤੂੰ ਰਾਤ ਨੂੰ ਸਹੁਰੇ ਕਿਉਂ ਨਹੀਂ ਰੁਕਿਆ। ਨਾ ਰੁਕਣ ਲਈ ਤਾਂ ਕਦੀ ਨਹੀਂ ਕਹਿੰਦੇ। ਤੈਨੂੰ ਨਹੀਂ ਪਤਾ, ਤੇਥੋਂ ਚੋਰੀਓਂ ਸਿਖਾਉਂਦੀ ਹੈ, ਤੇਰੇ ਸਾਹਮਣੇ ਤਾਂ ਉਹ ਸੱਚੀ ਬਣਦੀ ਹੈ, ਤੂੰ ਸਹੁਰੀ ਬਿੜਕ ਰੱਖਿਆ ਕਰ, ਥੋੜੀ ਜਿਹੀ ਚਲਾਕ ਬਣ ਕੇ ਰਿਹਾ ਕਰ। ਪਰ ਮੰਮੀ ਜੀ ਮੈਂ ਦਖਲ ਅੰਦਾਜ਼ੀ ਨਹੀਂ ਕਰਦੀ ਉਹਨਾਂ ਦੇ ਵਿੱਚ। ਬਸ ਆਹੀ ਤਾਂ ਕਮੀ ਹੈ ਤੇਰੇ 'ਚ, ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਹਰੇਕ ਗੱਲ ਦਾ ਭੇਤ ਰੱਖਦੀ ਸੀ ਵੀ ਘਰੇ ਹੋਈ ਕੀ ਜਾਂਦਾ। ਪਰ ਮੰਮੀ ਮੈਨੂੰ ਕਦੀ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪਈ, ਮੈਨੂੰ ਤਾਂ ਹਰ ਅੱਜ ਸਾਹਮਣੇ ਪਤਾ ਲੱਗ ਜਾਂਦਾ ਮੇਰੀ ਸੱਸ ਕੋਲੋਂ, ਮੇਰੀ ਸੱਸ ਮੇਰੇ ਕੋਲੋਂ ਕਦੀ ਕੁਝ ਲੁਕਾਉਂਦੀ ਨਹੀਂ। ਨਹੀਂ ਚੰਗਾ, ਤੈਨੂੰ ਬਸ ਮੈਂ ਕਹਿ ਤਾ, ਤੂੰ ਥੋੜ੍ਹੀ ਜਿਹੀ ਬਿੜਕ ਰੱਖਿਆ ਕਰ। ਹਾਂ ਚੱਲੀਏ ਆਪਾਂ। ਹਾਂਜੀ ਲੇਟ ਹੋ ਜਾਂਦੇ ਆ, ਮੈਂ ਸ਼ਹਿਰ ਵੀ ਜਾਣਾ ਕੰਮ ਹੈ ਮੈਨੂੰ। ਜੀ ਜੀ ਮੰਮੀ ਫਿਰ ਮੈਂ ਚੱਲਦੀ ਹਾਂ, ਇਹਨਾਂ ਨੇ ਸ਼ਹਿਰ ਵੀ ਜਾਣਾ ਆ, ਲੇਟ ਹੋ ਜਾਵਾਂਗੇ, ਫਿਰ ਜਲਦੀ ਆਵਾਂਗੇ। ਚੱਲ ਚੱਲਦੀ ਹਾਂ। ਜੀ ਆ ਜਾਓ ਆ ਜਾਓ, ਐਵੇਂ ਟੈਨਸ਼ਨ ਨਾ ਲਿਆ ਕਰੋ ਵਾਧੂ। ਹਾਂਜੀ ਚਲੋ। ਚੰਗਾ ਮੰਮਾ ਚੱਲਦੇ ਹਾਂ ਫਿਰ। ਚੰਗਾ ਪੁੱਤ, ਹੁਣ ਜਦੋਂ ਅਗਲੀ ਵਾਰੀ ਆਓਗੇ ਟਾਈਮ ਕੱਢ ਕੇ ਆਇਓ, ਹੁਣ ਹੀ ਨਾ ਭੱਜੂ ਭੱਜੂ ਕਰਿਆ ਕਰੋ। ਕੋਈ ਮੰਮੀ ਜੀ ਟਾਈਮ ਹੀ ਨਹੀਂ ਲੱਗਦਾ, ਹੁਣ ਕੰਮ ਹੀ ਬਹੁਤ ਨੇ। ਤੁਸੀਂ ਹੁਣ ਕੋਈ ਆਇਓ, ਚੱਕਰ ਚੁੱਕਰ ਲਗਾ ਜਿਓ ਆ ਕੇ, ਕਾਫੀ ਟਾਈਮ ਹੋ ਗਿਆ ਹੈ। ਠੀਕ ਹੈ ਡੈਡੀ ਜੀ ਚੱਲਦੇ ਆ। ਚੰਗਾ ਮੰਮਾ ਪਹੁੰਚਦੇ ਫੋਨ ਕਰਾਂਗੀ। ਠੀਕ ਹੈ ਪੁੱਤ। ਠੀਕ ਹੈ ਬਾਏ।
शहर जाना से कुछ समान लैन फिर सानू अज ही आना पै गया पुत काम तो मुकदे ही नहीं नाले मावा तिया गल्लां बातां कर लेंदी आ दुख सुख हो जांदा है जी नवदीप मैं शहर जावा समान लेवा उत्थे स्प्रे वाली गल लगने के दिन भी छुपी जांदा है ठीक है तुसीं ध्यान ना जा तू जल्दी आ जियो ऐसवर जदों गए ते पक्का रात रह के आयो हुण जी आपां तां तीजे चौथे दिन मुड़दे दी सोहरियां तों चंगी सेवा करा के ਉਹ ਤੁਹਾਡਾ ਟਾਈਮ ਸੀ ਉਦੋਂ ਠੀਕ ਹੈ ਮੰਮੀ ਜੀ ਮੈਂ ਥੋੜ੍ਹੀ ਫਰੈਸ਼ ਹੋ ਜਾਵਾਂ ਅਤੇ ਫਿਰ ਮੈਂ ਤੁਹਾਡੇ ਨਾਲ ਕਰਵਾ ਲਈ ਸਾਰੀ ਸਫਾਈ ਠੀਕ ਹੈ ਚੱਲ ਠੀਕ ਹੈ ਪੁੱਤ ਚੱਲ ਨਾਲ ਤੂੰ ਗਰਮ ਪਾਣੀ ਕਰਕੇ ਨਹਾਈ ਪੁੱਤ ਗੇਮ ਉੱਪਰ ਜਾ ਠੀਕ ਹੈ ਮੰਮੀ ਜੀ ਜਗਜੀਤ ਜੀ ਹੋ ਲੰਮੀਆਂ ਉਮਰਾਂ ਹੋਣ ਥੈਂਕ ਯੂ ਮੰਮਾ ਲੈ ਪੁੱਤ ਸਦਾ ਸੁਹਾਗਣ ਰਹੀ ਰੱਬ ਤੈਨੂੰ ਬਾਲਾ ਦੇਵੇ ਮੁਬਾਰਕਾਂ ਬੇਟਾ ਜੀ ਮੁਬਾਰਕਾਂ ਜੁਗ ਜੁਗ ਜੀਓ ਮੇਰੀ ਧੀ ਲੰਮੀਆਂ ਉਮਰਾਂ ਹੋਣ ਨਵਦੀਪ ਹਾਂਜੀ ਮੰਮਾ ਪੂਰਾ ਸਾਲ ਹੋ ਗਿਆ ਤੇਰੇ ਵਿਆਹ ਨੂੰ ਹਾਂਜੀ ਪਰ ਪਰਮਾਤਮਾ ਨੇ ਤੈਨੂੰ ਬੱਚੇ ਦੀ ਦਾਤ ਹਲੇ ਤੱਕ ਨਹੀਂ ਬਖਸ਼ੀ ਮੇਰਾ ਵੀ ਦਿਲ ਕਰਦਾ ਵੀ ਕਦੋਂ ਤੂੰ ਮੈਨੂੰ ਆ ਕੇ ਕਹੇਂਗੀ ਵੀ ਮਾਂ ਮੈਂ ਬੱਚੇ ਦੀ ਮਾਂ ਬਣਨ ਵਾਲੀ ਹਾਂ ਓਹੋ ਮੰਮੀ ਜੀ ਤੁਸੀਂ ਤਾਂ ਐਵੇਂ ਟੈਨਸ਼ਨ ਲੈਂਦੇ ਹੋ ਇੰਨੀ ਕੋਈ ਕਾਹਲੀ ਨਹੀਂ ਬੱਚੇ ਦੀ ਜਦੋਂ ਹੋਣਾ ਹੋਇਆ ਨਾ ਆਪੇ ਹੋ ਜੂ ਤੇਰੀ ਸੱਸ ਨੇ ਤੈਨੂੰ ਕੋਈ ਦਵਾਈ ਦਵੂਈ ਨਹੀਂ ਦਵਾਈ ਨਹੀਂ ਦਵਾਈ ਤਾਂ ਕੋਈ ਨਹੀਂ ਦਵਾਈ ਮੈਨੂੰ ਪਤਾ ਹੀ ਸੀ ਸਭ ਜਾਣਦੀ ਸੀ ਮੈਂ ਨਹੀਂ ਦਵਾਉਂਦੀ ਉਹ ਤੈਨੂੰ ਦਵਾਈ ਕਿਉਂ ਮੰਮੀ ਜੀ ਕਿਉਂਕਿ ਉਹ ਤੈਨੂੰ ਹਰ ਇੱਕ ਅੱਗੇ ਜਲੀਲ ਕਰ ਸਕੇ ਵੀ ਇਹਦੇ ਬੱਚਾ ਨਹੀਂ ਹੁੰਦਾ ਓਹੋ ਮੰਮੀ ਜੀ ਇੱਦਾਂ ਦਾ ਕੁਛ ਨਹੀਂ ਹੈ ਮੇਰੀ ਸੱਸ ਇੱਦਾਂ ਦਾ ਕੁਛ ਨਹੀਂ ਸੋਚਦੀ ਤੂੰ ਨਹੀਂ ਜਾਣਦੀ ਨਵਦੀਪ ਸੱਸਾਂ ਫੱਫੇ ਕੁੱਟਣੀਆਂ ਹੁੰਦੀਆਂ ਨੇ ਤੂੰ ਬਾਲੀ ਭੋਲੀ ਆ ਪੁੱਤ ਉਹ ਨਹੀਂ ਮੰਮੀ ਜੀ ਤੁਸੀਂ ਗਲਤ ਸੋਚਦੇ ਹੋ ਮੇਰੀ ਸੱਸ ਬਾਰੇ ਉਹ ਤਾਂ ਖੁਦ ਚਾਹੁੰਦੀ ਕਿ ਮੇਰੇ ਬੱਚਾ ਆਵੇ ਪਰ ਮੇਰੀ ਸੱਸ ਨਹੀਂ ਚਾਹੁੰਦੀ ਕਿ ਮੈਂ ਕੋਈ ਦਵਾਈ ਦਵੀ ਖਾਵਾਂ ਉਹ ਕਹਿੰਦੇ ਜਦੋਂ ਪਰਮਾਤਮਾ ਦੀ ਮਰਜ਼ੀ ਹੋਈ ਨਾ ਆਪੇ ਹੋ ਜੂ ਮੈਂ ਤੈਨੂੰ ਅਸਲ ਕਹਾਣੀ ਦੱਸਣੀ ਸੀ ਦੱਸਦੀ ਅੱਗੇ ਤੇਰੀ ਮਰਜ਼ੀ ਆ ਭਾਈ ਮੰਮੀ ਜੀ ਪਲੀਜ਼ ਸ਼ੁਭ ਸ਼ੁਭ ਬੋਲਿਆ ਕਰੋ ਤੁਸੀਂ ਵੀ ਜਿੱਥੇ ਨਹੀਂ ਉੱਥੇ ਸ਼ੁਰੂ ਹੋ ਜਾਂਦੇ ਹੋ ਮੈਂ ਦੇਖਾਂ ਪਾਪਾ ਆਏ ਕਿਉਂ ਨਹੀਂ ਅਜੇ ਤੱਕ ਧੀ ਮੇਰੀ ਆ ਤੇ ਬੋਲੀ ਇਹਨਾਂ ਦੀ ਬੋਲਦੀ ਆ ਕਿੰਨੇ ਵਾਰੀ ਸਮਝਾ ਤਾ ਪਰ ਗੁੱਥ 'ਚ ਨਹੀਂ ਵੜਦਾ ਵੀ ਸੱਸਾਂ ਸੱਸਾਂ ਹੀ ਹੁੰਦੀਆਂ ਨੇ ਅਤੇ ਮਾਵਾਂ ਮਾਵਾਂ ਹੀ ਹੁੰਦੀਆਂ ਨੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਮੈਂ ਤਾਂ ਨਵਦੀਪ ਨਾਲ ਗੱਲ ਕਰਨੀ ਸੀ ਵੀ ਮੈਂ ਨਾਨਕੇ ਜਾ ਕੇ ਆਉਣਾ ਉਹਦੇ ਫੋਨ ਕਿੱਥੇ ਹੈ ਮੇਰਾ ਹੈਲੋ ਹਾਂਜੀ ਮੰਮੀ ਹਾਂ ਪੁੱਤ ਠੀਕ ਹੋ ਹਾਂਜੀ ਮੰਮੀ ਮੈਂ ਬਿਲਕੁਲ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ ਪੁੱਤ ਮੈਂ ਵੀ ਠੀਕ ਹਾਂ ਅੱਛਾ ਤੇ ਪਾਪਾ ਕਿਵੇਂ ਹਾਂ ਪੁੱਤ ਤੇਰੇ ਡੈਡੀ ਵੀ ਠੀਕ ਨੇ ਬੰਟੀ
बंटी भी ठीक है पुत, मैं तेनू ए कहती सी तेरे डैडी ने ते मैं तेरे नानके जाके आना, तेरी मामी बीमार आ, जे तू ते सुखजिंदर इत्थे आ जा मेरी चिंता ही मुक जे। ठीक है मम्मी जी, तुसी ना बस एक मिनट होल्ड रखियो, मैं ना हुणे मम्मी जी नूं पुछ के दसदी आ। हाँ एक मिनट। मम्मी जी। हाँ मम्मी जी, मम्मी जी का फोन आया सी मैनू, वो कह रही सी कि घर आने वास्ते, मैं चली जावा। जाया पुत, मैं तो की कहनी हाँ। नहीं मैनू सी कि तुहाडी तबीयत ठीक नहीं ना अज, तां पुछदी सी। कोई गल नहीं पुत, कुछ नहीं होगा, जाया, तेरी मम्मी नूं कोई काम होवेगा। जी ठीक है मम्मी जी। हेलो जी। हाँ, मम्मी मम्मी जी तो कह रहे हैं कि चली जा, पर एक प्रॉब्लम है, उन्होंने ना थोड़ी अच्छी तबीयत ठीक नहीं आ, तो शायद फिर मैं अज आ नहीं पावगी। तुम इदा करो, तुम किसी होर दिन चले जाओ नानके, अज रुक जाओ। मैं तो पहले ही पता सी भी तेरी सस ने आन नहीं देना तेनू। नहीं नहीं मम्मी जी, इदा कोई गल नहीं है, उन्होंने सच्ची तबीयत खराब है अज। उन्हें तो बहाने मारे ने, फफे कुटनी आ, तेनू नहीं पता बड़ी चलाक आ। नहीं मम्मी सच्ची कह रहे ने, वो ठीक नहीं अज। चल चंगा धीए, बस लग जो तेन आपे पता सच का हौली हौली। चलो ठीक है मम्मी। ठीक है मम्मा, कुछ लेके आवा तुम्हारे वास्ते। नहीं बस मैं खा लांगी जे लोड़ होई तो। ठीक लग रहा हूँ? हाँ ठीक। मम्मा किसी चीज़ की जरूरत हुई ना मैं दस दियो, मैं रूम ची हाँ। कोई नहीं ठीक। हाँ आवाज़ दे दियो। ठीक है ठीक है ठीक है ठीक। खुशखबरी देंगे रब मेहर भरिया हाथ रखे नवदीप पुत, हुण तू अपना ख्याल रखना। खुराक तेनू मैं मुक्कण नहीं देनी, ते हुण तू कोई काम नहीं करना घर दा। ठीक है मम्मी जी। चल तुसी बैठो ते मैं तुहाडे लई दुध लैके आउणी आ गरम। मैं कर लैणी आ मम्मी जी दुध गरम। है कमली, हुण तेरे सेवा कराण दे दिन ने। ठीक है जिवें तुहाडी मर्जी। हजे मेरे हथ पैर चलदे ने, मैं आप ही सारे काम कर लैं, तेनू हुण कोई काम नहीं करन देना मैं। ठीक है। खुशखबरी दिंदी सी मैनू, कहनी मम्मी आके जाए, मैं क्या कोई गल नहीं पता जिदे टाइम लगे उदे जरूर आवे, फिर असं अज राय बनाई सी दो जने। चंगा कीता भैन जी, मिल जाओगे नवदीप कितने अंदर ही भैन बैठ, तुम मैं चाह बना। नहीं नहीं तुम चाह बाद बनाए, मैं पहला नवदीप नूं गल्ला। ठीक है जी। बोल रहा जी घर इतने इतने ही जाना होना है, बाहर निकले नहीं होने। मम्मा फसी सत श्री अकाल। हाय किवें होना होया बंटी, की होया बे खुश होई बंटी की होया। असी तो ठीक हाँ, तू नहीं मैं ठीक लगती। मतलब मम्मा की होया? बिल्कुल ठीक हाँ। मतलब कुछ नहीं,
तू हूं भी नहीं देखे रहे इदा दी तेरी सस ने कहा कर काम कर करया करे मतलब कोई काम भी नहीं करती सारा काम मेरी सास ही करती है हुण ओनू यही नहीं पता कि इस हालत च काम नहीं करीदा आप मौज ना मंजे ते बैठी ते तू अंदर सफाइयां करन लगी पई है ओ कुछ नहीं मम्मा जी बस चादर सुन च वाल पै गए से तो मैं सोचा चल मैं भी थोड़ी झाड़ के भी छा दी हूँ और तो मैं कुछ भी नहीं कर रही क्यों नहीं करती मैं तेनों अखी देखा काम करते हुए तेरी सस नहीं कर सकती काम ओनू कहा कर वो बाहर मंजे से महाराणी बन के बैठी रही है तेरे तो सारा दिन हुक्म चला रही है ओ प्लीज मम्मा जी तुम आते पता नहीं कि गल के बैठे हो पर मैं चाह पानी पीनी उस तो बाद आराम ना बैठ के आओ चल दिया मैंने चाह पानी पीनी आ जाओ होर सुनाओ भरा जी की हाल चाल है सब ठीक ठाक होर तुम सुनाओ फसल बाड़ी कि फसल बाड़ी तो ठीक है पर इतकी जो कुदरत करोपी तो बची रहे तो है इतकी मीह बड़े तेज दसे ने हाँ जी हाँ फिर कुदरत अगे तक का जोर है मम्मा आगे जा रहे थे गर्मा गर्म दूध मम्मा मैं हूँ दूध नहीं पीना अजय सवेरे तो पीता सी पी लिया पुत सवेरे पीता तो फिर की होया इसे ने दिन तगड़ी करना मां खा खा के थक गई मैं तो सारा दिन दूध पी पी के लो भैन जी पी पी भैन जी नवदीप ने खवाया पिलाया करो भैन जी का भैन जी मैं तो ना बड़ा कहनी हूँ ना सारा दिन तो मम्मा ने खाने रही हूँ अज कल तो दूध ही पीती रही सारा दिन उसे जी दवाइया नाल ताकत नहीं आती जिन्नी इहो जी चीजा खाण पीण नाल आउंदी मारे काम तो परहेज रखा करो भैन जी ਲੰਬੀ ਕੰਮ ਮੈਂ ਜਵਾਨ ਕਰਨੇ ਕੰਮ ਤਾਂ ਸਾਰਾ ਮੈਂ ਸੰਭਾਲੀ ਕਰਦੀ ਹਾਂ ਮੇਰੇ ਤੇ ਸੁਖਜਿੰਦਰ ਘਰ ਦਿੰਦੇ ਨਾ ਹੋ ਰਹੇ ਭੈਣ ਜੀ ਬਚਾ ਸੀ ਬਚਾ ਰਿਹਾ ਸਾਰਾ ਕੰਮ ਤਾਂ ਮੰਮੀ ਆਪ ਹੀ ਕਰਦੇ ਆ ਆਰਾਮ ਕਰ ਕਰਕੇ ਥੱਕ ਗਈ ਹਾਂ ਮੈਂ ਤਾਂ ਮਹੀਨੇ 'ਚ ਹੀ ਹਾਂ ਰੱਖ ਲਓ ਵਿਹਲੀ ਇਹਨੂੰ मम्मी डॉक्टर ने स्कैन किया अज नवदीप का उन्हें कहा कि बच्चे का बिल्कुल विकास नहीं हो रहा हाय वे रब्बा की क्या वे डॉक्टर ने डॉक्टर कहता अबोर्शन कराना पड़ेगा हाय रब्बा सोल जवाकड़ी बेचारी पहला बच्चा सी कोई नहीं पुत हौसला रख रब अगे कि जोर है पुत जो होना सी हो गया कोई नहीं पुत चुप चुप मेरी सी चल पुत अदास ना हो ना वो अपने कर्मा च नहीं सी डाडे की किदा जोर है पुत हाँ तो रब ने जवाकड़ी ना धक्के ही करे ना बिल्कुल और सुखी रहो आपो मसा मसा घर च खुशी आन लगी सी मैनू तो जवाक के सुपने भी आने लग गए मैनू तो आप बड़ा चा सी नवा जी घर च आऊगा ना तो सारे खेल लगे रहेंगे बापू हुंदा उही है जो रब नू मंजूर हुंदा है हुण आपां सियाणे बणीए उहदे सामने उदास ना होइए सगों नू दिलासा देइए जे उहने कोई मन ते ला ली गल ना तो उहदी सेहत कमजोर हो जाएगी सही गल है मेरे को आपां उहदे सामने हुण कोई इही जी गल नहीं करनी जिहड़ी मन नू ठेस ला ले आपां भी खुश रहीए ਤੇ ਉਹਨੂੰ ਵੀ ਖੁਸ਼ ਰੱਖੀਏ ਪਰਮਾਤਮਾ ਆਪੇ ਕੁਆਚੀ ਹੋਈ ਚੀਜ਼ ਨੂੰ ਵਾਪਸ ਕਰੂਗਾ ਸਹੀ ਗੱਲ ਹੈ ਤੁਹਾਡੀ ਸੁਖੀ ਪੁੱਤ ਹੁਣ ਤੁਸੀਂ ਕਦੋਂ ਜਾਣਾ ਡਾਕਟਰ ਕੋਲ ਜੋ ਉਹਨੇ ਕਿਹਾ ਉਹ ਤਾਂ ਕਰਨਾ ਹੀ ਪੈਣਾ ਹੁਣ ਆਪਾਂ ਨੂੰ
ਉਹਨਾਂ ਨੇ ਤਾਂ ਬਾਪੂ ਜੀ ਜਲਦੀ ਤੋਂ ਜਲਦੀ ਗਿਆ ਸੀ ਕਰਵਾਉਣ ਨੂੰ। ਤੁਸੀਂ ਐਂ ਕਰੋ ਪੁੱਤ, ਸਵੇਰੇ ਸਵਖਤ ਹੀ ਨਿਕਲ ਜਿਓ ਅਤੇ ਤੇਰੀ ਮਾਂ ਨੂੰ ਵੀ ਲੈ ਜਾਓ ਨਾਲ, ਅਤੇ ਮੈਂ ਰਹੂੰਗਾ ਘਰੇ। ਠੀਕ ਹੈ ਬਾਪੂ ਜੀ। ਪੁੱਤ ਨਵਦੀਪ ਨੂੰ ਕਹਿ ਦੇ ਕਿ ਸਵੇਰੇ ਜਲਦੀ ਤਿਆਰ ਹੋ ਜੇ, ਡਾਕਟਰ ਕੋਲ ਜਾਣਾ। ਹਾਂਜੀ ਮੰਮੀ ਜੀ, ਕਹਿ ਦਿੰਦਾ। ਕਿੰਨੀ ਚੰਗੀ ਕੁੜੀ ਹੈ ਵਿਚਾਰੀ, ਅੱਜ ਤੱਕ ਇੱਕ ਵੀ ਲਫ਼ਜ਼ ਕਦੇ ਜ਼ਬਾਨ 'ਚੋਂ ਰੁੱਖਾ ਨਹੀਂ ਬੋਲਿਆ, ਸਾਰਾ ਦਿਨ ਬਾਪੂ ਬਾਪੂ ਕਰਦੀ ਰਹਿੰਦੀ ਹੈ। ਅਸੀਂ ਤਾਂ ਆਪਣੀ ਜ਼ਿੰਦਗੀ ਹੰਢਾ ਲਈ, ਹੇ ਵਾਹਿਗੁਰੂ ਇਹਨੂੰ ਇਹਦੀ ਗੁਆਚੀ ਹੋਈ ਖੁਸ਼ੀ ਵਾਪਸ ਕਰ ਦੇ, ਮੇਰੀ ਭਾਵੇਂ ਜਿੰਦ ਕੱਢ ਲੈ, ਇਹਨੇ ਤਾਂ ਹਾਲੇ ਦੁਨੀਆ ਦੇਖਣੀ ਹੈ। ਜਵਾਖੜੀ ਦਾ ਦੁੱਖ ਦੇਖਿਆ ਨਹੀਂ ਜਾਂਦਾ, ਪਾਣੀ ਦੀ ਘੁੱਟ ਵੀ ਨਹੀਂ ਲੰਘਦੀ। ਪੁੱਤ ਸਿਆਣੀ ਬਣ, ਤੈਨੂੰ ਮੇਰੀ ਸਹੁੰ ਹੈ ਜੇ ਤੂੰ ਫਿਕਰ ਕਰੇ ਤੇ। ਉਹ ਤਾਂ ਠੀਕ ਆ ਮੰਮੀ ਜੀ, ਪਰ ਕਈ ਵਾਰੀ ਦਿਲ ਚ ਆ ਜਾਂਦਾ। ਪੁੱਤ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਇੱਕ ਦਿਨ ਰੱਬ ਤੇਰੀ ਜ਼ਰੂਰ ਸੁਣੇਗਾ। ਤੂੰ ਆਪਣੇ ਪੇਕੇ ਫੋਨ ਕਰਕੇ ਦੱਸਦਾ ਸਾਰਾ ਕੁਝ? ਨਾ ਪੁੱਤ, ਇੱਕ ਦੋ ਦਿਨ ਰੁੱਕ ਕੇ ਦੱਸਦੀ, ਕੰਮ ਦਾ ਟਾਈਮ ਹੈ, ਐਵੇਂ ਵਿਚਾਰੇ ਸੁਣ ਕੇ ਭੱਜੇ ਆਉਣਗੇ। ਠੀਕ ਹੈ ਮੰਮੀ ਜੀ। ਫੇਰ ਦੱਸ ਦੀ, ਤੂੰ ਆਰਾਮ ਕਰ ਦੋ ਚਾਰ ਦਿਨ। ਪੁੱਤ ਮੈਂ ਕੋਈ ਖਾਣ ਪੀਣ ਦਾ ਆਰ ਕਰ ਲਾ, ਜੇ ਕੋਈ ਲੋੜ ਹੋਈ ਤੇ ਮੈਨੂੰ ਆਵਾਜ਼ ਮਾਰ ਦੀ। ਗੱਲ ਸੁਣ ਨਾਲੇ, ਆਰਾਮ ਕਰਨ ਦੇ ਕੁੜੀ ਨੂੰ ਮੈਂ 2 ਕਿਲੋ ਦੇਸੀ ਘਿਓ ਲਿਆ, ਉਹਨੂੰ ਰਲਾ ਕੇ ਦੇ ਦੀ ਕੁਛ। ਠੀਕ ਹੈ, ਮਾੜੀ ਮੋਟੀ ਜਾਨ ਆ ਜੂ। ਠੀਕ ਹੈ। ਤੈਨੂੰ ਆਰਾਮ ਮਿਲੂ, ਤੇਰਾ ਮਨ ਹਲਕਾ ਹੋ ਜੂ ਇੱਥੇ ਆ ਕੇ। ਚੱਲ ਕੋਈ ਗੱਲ ਨੀ ਪੁੱਤ, ਜਿੰਨੇ ਦਿਨ ਮਰਜ਼ੀ ਦਾ ਆਇਆ ਨੀ, ਉਹ ਵੀ ਤੇਰਾ ਘਰ ਹੈ ਤੇ ਇਹ ਵੀ ਤੇਰਾ ਘਰ ਹੈ। ਜਿੱਦਾਂ ਕਿਹੜੀ ਗੱਲ ਦੀ ਜੀ?
हूँ तो लग गया तेनू पता तेरी सस के कारनामे का। मतलब मम्मी? ना मतलब भी हूँ तेनू मैं समझावा, तेनू आप कुछ नहीं पता नहीं किन्नी मोमो ठगनी है तेरी सस, उत्तों कुछ होर ते बिचों कुछ होर। मम्मी जो इदा तो बिल्कुल नहीं आ। नहीं तू तो कहेंगी भी तेनू लग जू असलियत का पता फिर तो मनेगी। मम्मी नहीं वो तेरे तो मुंडा चाहती होनी, तेरे कुड़ी होनी मरवाती अगलिया ने। मम्मी ये नहीं हो सकता। होने तो बहुत कुछ हो सकता पर तेरे वर्गी नू अकल कित्थे। नहीं अगली पहली जाए होनी डॉक्टर को भी मेरी नूह ते पुत आउणगे चेक कराउण वास्ते, ते जे कुड़ी होई बस खत्म कर दिओ कोई बहाना ला के। मेरी सास इदां दी नहीं आ, ओ ये सब नहीं कर सकदी। तू तो उहनू रब मंनदी है, वो तो मीणी मीसणी आ। नहीं मम्मी जब उन्होंने पता लगा सी ना ये सब दा तो आप बड़े उदास सी। झूठ ते तो पर्दा पाउणा ही सी, मैं तो ओदियां गल्लां तो बुझ लिया सी भी वो तेरे तो मुंडा पाल दिया। वो तो साढ़े नाल डॉक्टर कोल गए ही नहीं। जदों तुसी पहली बारी दवाई लेके आए होने डॉक्टर तो तू ना दसता होना अगली कल्ली जाए होनी डॉक्टर कोले। मैंने दो चिट्ठी विच पाता। फिर होर सुन, अगली ने दस देना तक दस्या भी नहीं, पूरे दस दिन लंघाते। जे सच्ची होंदी तो ओदी ना दस दी सानू भी आ कारनामा हो गया। नाले मेरी सुन लै गल कुड़े, असी सुखजिंदर सिंह नू गल करके तोरना भी भाई आपदी मां नालों अड हो, फिर तोरूंगी आपदी धी नू, जे उहनू मंजूर होया तां लै जूगा तैनू। मम्मी मैं तो बहुत कंफ्यूज हाँ, मैं तो कुछ नहीं समझ आ रहा कि मैं हुण की करां। ਸੁਖਜਿੰਦਰ ਸਿੰਘ ਨੂੰ ਤਾਂ ਪਤਾ ਤੈਨੂੰ ਨਵਦੀਪ ਨੇ ਸਾਰੀ ਕਹਾਣੀ ਦੱਸ ਹੀ ਦਿੱਤੀ ਹੋਣੀ। ਹਾਂਜੀ ਮੰਮੀ, ਨਵਦੀਪ ਨੇ ਮੈਨੂੰ ਫੈਸਲਾ ਲੈਣ ਲਈ ਕਹਿਤਾ ਕਿ ਮੈਂ ਹਾਂ ਜਾਂ ਨਾ 'ਚ ਜਵਾਬ ਦੇਵਾਂ। ਬਸ ਫਿਰ ਪੁੱਤ, ਜੇ ਤੂੰ ਨਵਦੀਪ ਨੂੰ ਲੈ ਕੇ ਜਾਣਾ ਤਾਂ ਤੈਨੂੰ ਤੇਰੀ ਮਾਂ ਤੋਂ ਅੱਡ ਰਹਿਣਾ ਪਊ। ਮੰਮੀ ਮੈਨੂੰ ਦੋਵੇਂ ਜ਼ਰੂਰੀ ਨੇ। ਭਾਈ ਤੂੰ ਬੋਲਦਾ ਚੱਲਦਾ ਰਹੀ ਉਹਨਾਂ ਨਾਲ, ਪਰ ਇਹ ਨਹੀਂ ਜਾਂਦੀ ਉਹਨਾਂ ਕਹੀਂ, ਆਪਦੇ ਦੋ ਕਮਰੇ ਅਲੱਗ ਮੰਨ ਲਿਓ। ਮੰਮੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਦੇਖ ਭਾਈ, ਜੇ ਤਾਂ ਨਵਦੀਪ ਨੂੰ ਲੈ ਕੇ ਜਾਣਾ ਫਿਰ ਤਾਂ ਮੇਰੀ ਸ਼ਰਤ ਮੰਨਣੀ ਪੈਣੀ ਹੈ, ਨਹੀਂ ਫਿਰ ਛੱਡ ਜਾਓ ਨੂੰ ਇੱਥੇ। ਮੈਂ ਨਵਦੀਪ ਬਿਨਾਂ ਨਹੀਂ ਰਹਿ ਸਕਦਾ ਅਤੇ ਨਵਦੀਪ ਮੇਰੇ ਬਿਨਾਂ। ਮਹਿੰਦਰ ਗੁਰੇ, ਕੀ ਹੋ ਗਿਆ ਆਪਣੇ ਘਰ ਨੂੰ? ਸੁੱਖੀ ਦੇ ਬਾਪੂ, ਪਤਾ ਨਹੀਂ ਕਿਹਦੀਆਂ ਨਜ਼ਰਾਂ ਖਾ ਗਈਆਂ ਨੇ ਸਾਡੇ ਘਰ ਨੂੰ। ਚੰਗੀਆਂ ਵਧੀਆ ਸਾਡੇ ਘਰ 'ਚ ਖੁਸ਼ੀਆਂ ਸੀ, ਕੋਈ ਪਤਾ ਨਹੀਂ ਲੱਗਿਆ। ਫਸ ਤਾਂ ਵਿਚਾਰਾ ਮੁੰਡਾ ਗਿਆ ਆਪਣੇ ਵਿੱਚ ਵਿਚਾਰੇ, ਨਾ ਤਾਂ ਉਹ ਸਾਨੂੰ ਛੱਡ ਸਕਦਾ ਨਾ ਨਵਦੀਪ ਨੂੰ ਛੱਡ ਸਕਦਾ। ਚਲੋ ਕੋਈ ਨਹੀਂ ਮਹਿੰਦਰ ਗੁਰੇ, ਜਿਵੇਂ ਰਹਿਣਾ ਨੇ ਉਵੇਂ ਖੁਸ਼ ਰਹਿਣ, ਨਾਲੇ ਮੁੰਡਾ ਤਾਂ ਆਪਣੇ ਵੱਜੂ। ਉਹ ਤਾਂ ਠੀਕ ਹੈ, ਪਰ ਇਹਦੀ ਜਿਹੜੀ ਮਾਂ ਹੈ ਨਾ ਉਹ ਨਹੀਂ ਹਟਦੀ ਉਂਗਲਾਂ ਲਾਉਣਾ ਕੁੜੀ ਨੂੰ। ਚਲੋ ਫਿਰ ਆਪਾਂ ਕਰ ਵੀ ਕੀ ਸਕਦੇ ਹਾਂ, ਮਾਤਮਾ ਆਪੇ ਭਲੀ ਕਰੂ। ਉਹੀ ਨਹੀਂ ਵਸਣ ਦਿੰਦੀ। ਰੋਟੀ ਨਵਦੀਪ ਬਣਾ ਰਹੀ ਹੈ ਹਜੇ, ਉਹ ਬਣਾਏਗੀ ਫਿਰ ਮੈਂ ਬਣਾਵਾਂਗੀ ਰੋਟੀ। ਹਾਏ ਓ ਰੱਬਾ,
ਬਾਹਰੋਂ ਵੀ ਦੇਖਣੇ ਤੇ ਹੱਸਦਾ ਵੱਸਦਾ ਘਰਤੀ ਸਮਝ ਨਹੀਂ ਆਉਂਦੀ ਕੀ ਹੋ ਗਿਆ ਮੈਂ ਕੀ ਕਰ ਸਕਦਾ ਸੁਖੀ ਦੇ ਬਾਪੂ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਸਾਡੇ ਘਰ ਨੂੰ ਨਵਦੀਪ ਆਪਣੇ ਨਾਲ ਕਿੰਨੀ ਖੁਸ਼ ਰਹਿੰਦੀ ਸੀ ਜਦੋਂ ਦੀ ਇਹਦੀ ਮਾਂ ਦਖਲ ਅੰਦਾਜ਼ੀ ਕਰਨ ਲੱਗੀ ਸਾਡੇ ਘਰ 'ਚ ਸਾਡਾ ਘਰ ਪਾੜ ਕੇ ਰੱਖ ਦਿੱਤਾ ਮੈਨੂੰ ਵੀ ਮਹਿੰਦਰ ਕੋਲ ਇਹੀ ਗੱਲ ਆ ਉਹਨੇ ਆਖਿਆ ਕਿ ਜੇ ਅੱਡ ਹੋਵੇਗਾ ਤਾਂ ਕੁੜੀ ਘੱਲਾਂਗੇ ਪਤਾ ਨਹੀਂ ਕੀ ਉਹਨੇ ਕੰਨ ਭਰੇ ਨੇ ਮੁੰਡੇ ਦੇ ਵੀ ਤੇ ਦੇ ਬਦਲ ਹੀ ਗਏ ਨੇ ਬਹੁਤ ਮਾੜੀ ਗੱਲ ਮਾਂ ਦੇ ਹੱਥ ਵਸ ਹੁੰਦਾ ਧੀ ਨੂੰ ਵਸਾਉਣਾ ਹੈ ਕਿ ਧੀ ਨੂੰ ਜਾਣਾ ਚਲੋ ਖੁਸ਼ ਰਹਿਣ ਅਸ ਤੇ ਇਹੀ ਕਹਿ ਸਕਦੇ ਹਾਂ ਇਹ ਕੁੜੀ ਚੁੱਕ ਚਾਈ ਹੋਈ ਹੈ ਅੱਗੇ ਤਾਂ ਕਦੇ ਇੱਦਾਂ ਦੀ ਕਦੇ ਗੱਲ ਨਹੀਂ ਕਰੀ ਅਸ ਤੇ ਫਿਰ ਵੀ ਇਹਨੇ ਰੱਬ ਖੁਸ਼ੀ ਰੱਖੇ ਨਾ ਕੀ ਹੋਇਆ ਨਵਦੀਪ ਕੁਛ ਨਹੀਂ ਮੇਰਾ ਸਿਰ ਜਿਹਾ ਦੁਖੀ ਜਾਂਦਾ ਦਿਲ ਨਹੀਂ ਕਰ ਰਿਹਾ ਉੱਠਣ ਦਰਦ ਹੋ ਰਹੀ ਬਹੁਤ ਜ਼ਿਆਦਾ ਸਵੇਰ ਦੀ ਕੋਈ ਨਹੀਂ ਤੂੰ ਆਰਾਮ ਕਰ ਮੈਂ ਤੇਰੇ ਲਈ ਦੁੱਧ ਲੈ ਕੇ ਆਉਣਾ ਤੁਸੀਂ ਚਲ ਠੀਕ ਆ ਕੋਈ ਨਹੀਂ ਤੂੰ ਆਰਾਮ ਕਰ ਮੈਂ ਲੈ ਕੇ ਠੀਕ ਹੈ ਹੈਂ ਸੁਖਜਿੰਦਰ ਰੋਟੀ ਬਣਾਉਂਦਾ ਪੁੱਤ ਤੂੰ ਰੋਟੀ ਬਣਾਉਣਾ ਨਵਦੀਪ ਮਾਂ ਉਹ ਤਾਂ ਬਿਮਾਰ ਪਈ ਹੈ ਕਈ ਦਿਨਾਂ ਦੀ ਬਹੁਤ ਕਮਜ਼ੋਰ ਹੋ ਗਈ ਵਿਚਾਰੀ ਪੁੱਤ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਰੋਟੀ ਬਣਾਉਣ ਦੀ ਤੈਨੂੰ ਕੀ ਲੋੜ ਸੀ ਮੈਂ ਹੈਗੀ ਹਾਂ ਨਾ ਪੁੱਤ ਮੈਂ ਬਣਾਉਣੀ ਹੈ ਰੋਟੀ ਤੂੰ ਭੱਜ ਕੇ ਜਾ ਡਾਕਟਰ ਨੂੰ ਲਿਆ ਸਕਦੀ ਮੈਨੂੰ ਨਵਦੀਪ ਦੇ ਮੰਮੀ ਪਾਪਾ ਨੂੰ ਦੱਸ ਦੇਣਾ ਚਾਹੀਦਾ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਨਵਦੀਪ ਬਹੁਤ ਬਿਮਾਰ ਹੈ ਤੁਸੀਂ ਇੱਕ ਵਾਰੀ ਆ ਕੇ ਪਤਾ ਲੈ ਜਾਓ ਉਹਦਾ ਹਾਂਜੀ ਮੰਮੀ ਬਾ ਪੁੱਤ ਸਭ ਕੁਛ ਠੀਕ ਹੋ ਜਾਏਗਾ ਮੈਨੂੰ ਸਭ ਕੁਛ ਠੀਕ ਕਰੇਗਾ ਤੂੰ ਫਿਕਰ ਨਾ ਕਰ ਨਾ ਰੋਣਾ ਨਹੀਂ ਕੀ ਹੋ ਗਿਆ ਭੈਣੇ ਨਵਦੀਪ ਨੂੰ ਭੈਣ ਡਾਕਟਰ ਨੇ ਦੱਸਿਆ ਸੀ ਕਿ ਅੰਦਰੇ ਅੰਦਰ ਕੋਈ ਝੋਰਾ ਕਰਦੀ ਤਾਂ ਇਹ ਕਮਜ਼ੋਰ ਹੋ ਗਈ ਯਾਰ ਇਹਨੂੰ ਕੋਈ ਸਦਮਾ ਲੱਗਿਆ ਕੀ ਹੋਇਆ ਨਵਦੀਪ ਪੁੱਤ ਮੰਮੀ ਮੈਂ ਉਸ ਡਾਕਟਰ ਨੂੰ ਤੁਹਾਡੇ ਮੂਹਰੇ ਲਿਆ ਕੇ ਇੱਕ ਵਾਰ ਜ਼ਰੂਰ ਪੁੱਛਣਾ ਹੈ ਜੋ ਕੁਛ ਤੁਸੀਂ ਮੈਨੂੰ ਕਿਹਾ ਸੀ ਜੋ ਸਭ ਕੁਛ ਸੱਚ ਹੋਇਆ ਠੀਕ ਆ ਨਹੀਂ ਤਾਂ ਵੀ ਕੁਛ ਖਾ ਕੇ ਮਰ ਜਾਣਾ ਨਾਤੀ ਮੰਮੀ ਮੇਰਾ ਮੰਮੀ ਪਾਪਾ ਬਿਨਾਂ ਬਿਲਕੁਲ ਦਿਲ ਨਹੀਂ ਲੱਗਦਾ ਉਹਨਾਂ ਨੂੰ ਇੱਦਾਂ ਨਹੀਂ ਦੇਖ ਸਕਦੀ ਮੈਨੂੰ ਮਾਫ਼ ਕਰ ਦਿੱਤੀ ਹੈ ਇਹ ਤਾਂ ਮੇਰੇ ਦਿਮਾਗ ਦੀ ਸੋਚੀ ਹੋਈ ਕਹਾਣੀ ਸੀ ਜੋ ਮੈਂ ਤੈਨੂੰ ਕਹੀ ਮੈਨੂੰ ਆਇਆ ਸੀ ਵੀ ਮੈਂ ਤੇਰੀ ਸੱਸ ਤੋਂ ਤੈਨੂੰ ਅਲੱਗ ਕਰਾ ਸਕਾਂ ਪਰ ਤੁਸੀਂ ਇਹ ਸਭ ਕਿਉਂ ਕੀਤਾ ਮੈਨੂੰ ਇਹ ਸੀ ਵੀ ਤੂੰ ਸੱਸ ਸਹੁਰੇ ਤੋਂ ਅਲੱਗ ਰਹਿ ਕੇ
बहुत खुश रहेंगी। नहीं मम्मी नहीं, हुन जमाना बदल गया है, हुन ता सास नौ में माँ ते ती वांगी रहिंदियां ने। मैनू अपने जमाने की याद आ गई सी धीए, जिवें मेरी सास मेरे गिण गिण बदले लेंदी हुंदी सी, मैनू इह सी वी तेरे नाल वी ओह कहानी ना वापरे। नहीं मम्मी, मेरी सास तां बहुत चंगी आ, उन्हें बेचारी ने तो इदा कदी कुछ नहीं किया, वो तो मैनू अपनी धी समझदी है ते हमेशा उदा ही रहिंदी है मेरे नाल। मैनू माफ कर दो, मैनू माफ कर दो भैन जी, मैनू माफ कर दो भरा जी, मैं आपदी धी का घर जाना चाहिया, मैनू माफ कर दे भैने मेरी। कोई नहीं भैने, तुहानू तुहाडी गलती का पछतावा हो गया, सानू इन्ना ही बहुत है, हाथ जोड़न दी ते माफी मंगन दी भैन जी कोई लोड़ नहीं। पुत अज तो बाद तुसी कट्ठे रोटी बनाओगे, मैं आपकी धी का घर पहला वांगी हसदा वसदा देखना चाहनी हाँ। लोको कदे भी आपकी धी नूं गलत सिक्ख्या नहीं देनी चाहिए, गलत सिक्ख्या दे के आपकी धी का घर कदे नहीं उजाड़ना चाहिए, बल्कि उसनू यह सिखाना चाहिए कि वह अपने परिवार के रल मिल के रहे ते सारा परिवार खुशियां माण। थैंक यू सो मच।